ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ ਜੀ, ਦਾਸ ਭਾਈ ਸੁਖਵਿੰਦਰ ਸਿੰਘ ਨਾਗੋਗੇ, ਹਜੂਰੀ ਰਾਗੀ, ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਪੰਜ ਮੈਂਬਰੀ ਜਹੇਦਾਰ ਹਵਾਰਾ ਕਮੇਟੀ, ਅਮਰੀਕਾ। ਸਾਧ ਸੰਗਤ ਜੀ, ਪਿਛਲੇ 2-4 ਮਹੀਨੇ ਤੋਂ ਜਦੋਂ ਤੋਂ ਭਾਈ ਅੰਮ੍ਰਿਤਪਾਲ ਸਿੰਘ ਜੀ ਇਹਨਾਂ ਨੇ ਆਪਣੀ ਜਥੇਬੰਦੀ ਦਾ ਐਲਾਨ ਕੀਤਾ ਅਤੇ ਅਸੀਂ ਅਮੈਰੀਕਾ ਤੋਂ ਇਸ ਦੀ ਹਮਾਇਤ ਕੀਤੀ। ਅਸੀਂ 5 ਮੈਂਬਰੀ ਜਥੇਦਾਰ ਹਵਾਰਾ ਕਮੇਟੀ ਵੱਲੋਂ ਵੇਖੋ, ਅਸੀਂ ਇਹਨਾਂ ਦੀ ਹਮਾਇਤ ਕੀਤੀ ਸੀ, ਫੁੱਲ ਹਮਾਇਤ ਕਰਨ ਦਾ ਐਲਾਨ ਕਰ ਦਿੱਤਾ। ਸਾਧ ਸੰਗਤ ਜੀ, ਵਰਲਡ ਸਿੱਖ ਪਾਰਲੀਮੈਂਟ ਦੇ ਕੋਆਰਡੀਨੇਟਰ ਭਾਈ ਹਿੰਮਤ ਸਿੰਘ ਨੇ ਵੀ ਇਹਨਾਂ ਦੀ ਹਮਾਇਤ ਕੀਤੀ। ਸਾਧ ਸੰਗਤ ਜੀ, ਸੱਚ ਨੂੰ ਸੱਚ ਕਹਿਣਾ, ਇਹ ਸਾਨੂੰ 1978 ਤੋਂ ਲੈ ਕੇ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਦੇ ਨਾਲ ਸੰਗਤ ਕਰਨ ਦਾ ਸੁਭਾਗ ਪ੍ਰਾਪਤ ਹੋਇਆ ਵਾ ਅਤੇ ਅੱਜ ਤੱਕ ਸਾਰਾ ਸੰਘਰਸ਼ ਪਿੰਡੇ 'ਤੇ ਹਟਾਇਆ, ਨਜ਼ਰਬੰਦੀਆਂ ਕੱਟੀਆਂ, ਜੇਲ੍ਹਾਂ ਕੱਟੀਆਂ, ਸਭ ਕੁਝ। ਅਤੇ ਜੋ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਬਾਰੇ ਦੇ ਵਿੱਚ ਜਿਨ੍ਹਾਂ ਜਿਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਜੀ ਦੀ ਨਰਾਦਰੀ ਕੀਤੀ, ਅਸੀਂ ਸੱਚ ਬੋਲਿਆ। ਜੇ ਅਮਰੀਕਾ ਦੇ ਵਿੱਚ ਬੇਅਦਬੀ ਕੀਤੀ ਜਿਨ੍ਹਾਂ ਲੋਕਾਂ ਨੇ, ਸਾਡੇ ਆਪਣੇ ਸਿੱਖਾਂ ਨੇ ਕੀਤੀ, ਅਸੀਂ ਉਹਨਾਂ ਨੂੰ ਨੰਗਿਆਂ ਕੀਤਾ। ਸਾਧ ਸੰਗਤ ਜੀ, ਹੁਣ ਕੱਲ੍ਹ ਦੀ ਘਟਨਾ ਜਿਹੜੀ ਵਾਪਰੀ ਆ ਅਜਨਾਲੇ, ਅੱਜ ਤੱਕ ਮੈਂ ਆਪਣੀ ਉਮਰ ਦੇ ਵਿੱਚ ਅੱਜ ਤੱਕ ਕਿਸੇ ਵੀ ਪ੍ਰੋਟੈਸਟ ਦੇ ਵਿੱਚ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸ਼ਮੂਲੀਅਤ ਨਹੀਂ ਵੇਖੀ। ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਜਦੋਂ ਅਸੀਂ ਖੜ੍ਹਦੇ ਹਾਂ, ਅਸੀਂ ਸੜਕ ਸਾਫ਼ ਕਰਦੇ ਹਾਂ, ਫਿਰ ਅਸੀਂ ਪਾਣੀ ਤਰੌਂਕਦੇ ਹਾਂ ਪਿਤ ਘੱਟਾ ਨਾ ਪੈ ਜੇ। ਸਾਧ ਸੰਗਤ ਜੀ, ਕੱਲ੍ਹ ਜਿੰਨਾ ਉੱਥੇ ਧੂੜ ਉੱਡੀ, ਜਿੰਨੀਆਂ ਉੱਥੇ ਡਾਂਗਾਂ ਸੁੱਟੇ ਉੱਥੇ ਚੱਲੇ, ਮੈਂ ਨਾ ਭਾਈ ਜੇ ਕਿਤੇ ਉਹ ਜਿਹੜੀ ਆਪਣੇ ਆਪ ਨੂੰ ਅਖੌਤੀ ਪੰਥਕ ਘਵਾਉਣ ਵਾਲੇ ਬਾਦਲ ਹੁੰਦੇ, ਉਹਨਾਂ ਦੀ ਸਰਕਾਰ ਹੁੰਦੀ ਅਤੇ ਸਾਡੇ ਸਿੱਖ ਨੌਜਵਾਨ ਇਸ ਤਰ੍ਹਾਂ ਪ੍ਰੋਟੈਸਟ ਕਰਦੇ ਅਤੇ ਕੱਲ੍ਹ ਫਿਰ ਉਹਨਾਂ ਨੇ ਸਾਡੇ ਚੁਣ ਚੁਣ ਕੇ ਮਾਰਨੇ ਸੀ। ਮੈਂ ਉਹਨਾਂ ਪੁਲਿਸ ਅਫਸਰਾਂ ਨੂੰ ਦਾਤ ਦੇਣਾ ਵਾਂ ਜਿਨ੍ਹਾਂ ਨੇ ਸਬਰ ਕਰਕੇ ਕੱਲ੍ਹ ਇਸ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਕਰਕੇ ਉਹਨਾਂ ਨੇ ਬਹੁਤ ਨਿਰਮਤਾਈ ਵਰਤੀ ਆ ਅਤੇ ਜੋ ਕੁਝ ਉੱਥੇ ਹੋਇਆ, ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਹੋਈ ਹੈ, ਇਹ ਬੇਅਦਬੀ ਹੋਈ ਆ। ਅਤੇ ਇਹ ਜਿਹੜੇ ਲੋਕ ਬੇਅਦਬੀ ਕਰਨ ਦੇ ਦੋਸ਼ੀਆਂ ਨੂੰ ਤਲਬ ਕਰਦੇ ਆ, ਹੁਣ ਇਹ ਵੇਖਣਾ ਵੀ ਇਹ ਕਦੋਂ ਇਹ ਤਲਬ ਕਰਦੇ ਆ ਜਾਂ ਨਹੀਂ ਕਰਦੇ। ਇਹ ਬਿਲਕੁਲ ਅਸੀਂ ਇਹਦੇ ਨਾਲ ਸਹਿਮਤ ਨਹੀਂ ਗਏ। ਭਾਈ ਅੰਮ੍ਰਿਤਪਾਲ ਸਿੰਘ ਨੇ ਇਹ ਜਿਹੜੀ ਘਟਨਾ ਜਿਹੜੀ ਕੱਲ੍ਹ ਦੀ ਵਾਪਰੀ ਆ, ਬਿਲਕੁਲ ਨਿੰਦਣ ਯੋਗ ਆ। ਪ੍ਰੋਟੈਸਟ ਹੁੰਦੇ ਆਏ ਆ, ਹੋਣੇ ਵੀ ਆ, ਇਹ ਸਾਨੂੰ ਹੱਕ ਵੀ ਆ, ਅਸੀਂ ਉਹਦੇ ਬਾਰੇ ਦੇ ਵਿੱਚ ਕੋਈ ਗੱਲ ਨਹੀਂ ਕਰਦੇ। ਪਰ ਜੋ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਨਰਾਦਰੀ ਹੋਈ ਆ, ਉਹ ਬਿਲਕੁਲ ਗਲਤ ਹੋਈ ਆ। 29 ਤਰੀਕ ਨੂੰ ਮੈਂ ਇਹਨਾਂ ਦਾ ਲਾਈਵ ਭਾਸ਼ਣ ਵੀ ਸੁਣਿਆ ਵਾ ਮੋਰਚੇ ਦੇ ਵਿੱਚ। ਉੱਥੇ ਭਾਈ ਅੰਮ੍ਰਿਤਪਾਲ ਸਿੰਘ ਜੀ ਨੇ ਉੱਥੇ ਕਿਹਾ ਵਾ, ਤੁਸੀਂ ਬੰਦੀ ਸਿੰਘਾਂ ਨੂੰ ਰਿਹਾ ਕਰਕੇ ਕੀ ਕਰੋਗੇ। ਸਾਧ ਸੰਗਤ ਜੀ, ਉਹਨਾਂ 32-32 ਸਾਲ ਹੋ ਗਏ ਆ ਉਹਨਾਂ ਨੂੰ ਜੇਲ੍ਹਾਂ ਦੇ ਵਿੱਚ, ਉਹਨਾਂ ਧਰਮ ਦੀ ਖਾਤਰ, ਗੁਰੂ ਗ੍ਰੰਥ ਸਾਹਿਬ ਜੀ ਦੀ ਖਾਤਰ ਉਹ ਜੇਲ੍ਹਾਂ ਦੇ ਵਿੱਚ ਆ। ਤੇ ਜਿਹੜਾ ਹਾਲੇ 32 ਘੰਟੇ ਨਹੀਂ ਹੋਏ ਤੇ ਤੁਸੀਂ ਪ੍ਰੋਟੈਸਟ ਕੀਤੇ ਆ 32 ਘੰਟਿਆਂ ਦੇ ਵਿੱਚ? ਨਾ ਉਸ ਬੰਦੇ ਨੇ ਕੋਈ ਐਡਾ ਕੋਈ ਧਰਮ ਵਾਸਤੇ, ਕੋਈ ਪੰਥ ਵਾਸਤੇ, ਕੋਈ ਦੇਸ਼ ਵਾਸਤੇ, ਕੋਈ ਕੌਮ ਵਾਸਤੇ ਉਹਨੇ ਕੋਈ ਕੰਮ ਕੀਤਾ ਵਾ ਜਿਹਦੇ ਵਾਸਤੇ ਤੁਸੀਂ ਪ੍ਰੋਟੈਸਟ ਕਰਨ ਗਏ? ਉਹ ਤਾਂ ਆਪਸੀ ਝਗੜਾ ਸੀਗਾ, ਉਹਦੇ ਵਾਸਤੇ ਤੁਸੀਂ ਪ੍ਰੋਟੈਸਟ ਕੀਤਾ ਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਆੜ ਦੇ ਵਿੱਚ ਕੀਤਾ, ਇਹ ਬਿਲਕੁਲ ਨਿੰਦਣ ਯੋਗ ਆ। ਮੈਂ ਇਸ ਚੀਜ਼ ਇਹਦੇ ਨਾਲ ਬਿਲਕੁਲ ਸਹਿਮਤ ਨਹੀਂ ਗਾ। ਇਹ ਸਜ਼ਾ ਦਾ ਹੱਕਦਾਰ ਆ, ਇਹ ਪੰਥਕ ਰਵਾਇਤਾਂ ਅਨੁਸਾਰ ਇਹਨੂੰ ਤਲਬ ਹੋਣਾ ਚਾਹੀਦਾ ਭਾਈ ਅੰਮ੍ਰਿਤਪਾਲ ਸਿੰਘ ਜੀ ਨੂੰ, ਤੇ ਇਹਨੂੰ ਤਨਖਾਹ ਲੱਗਣੀ ਚਾਹੀਦੀ ਆ। ਭੁੱਲਾਂ ਚੁੱਕਾਂ ਦੀ ਖਿਮਾ ਕਰਨੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।